ਵੈਲਕਮ ਟੂ ਨੈਸ਼ਨਲ ਗਾਰਮੈਂਟਸ ਬੈਂਕ ਰੋਡ ਮੁਕਤਸਰ ਸਾਹਿਬ ਮੈਂ ਆਪਕਾ ਬਹੁਤ ਬਹੁਤ ਸਵਾਗਤ ਹੈ ਜੀ। ਦੇਖੋ ਜੀ, ਅੱਜ ਦਾ ਸੇਲ ਬਹੁਤ ਜ਼ਬਰਦਸਤ ਸੇਲ ਹੈ। ਇੱਕ ਨਜ਼ਰ ਮਾਰੋ, ਆਪ ਜਹਾਂ ਤੱਕ ਆਪਕੀ ਨਜ਼ਰ ਜਾਏਗੀ ਵਹਾਂ ਤੱਕ ਆਪਕੋ ਸਭ ਫੈਬਰਿਕ ਨਜ਼ਰ ਆਏਗਾ। ਪਾਰਟੀ ਵੇਅਰ ਫੈਬਰਿਕ ਹੈ, 200 ਰੁਪਏ ਮੀਟਰ ਦਾ ਫੈਬਰਿਕ ਅੱਜ ਹਮਾਰੇ ਪਾਸ ਲੈਸ ਮੈਂ ਆਇਆ ਹੈ, ਸਿਰਫ 100 ਰੁਪਏ ਮੀਟਰ ਜੀ। 100 ਰੁਪਏ ਮੀਟਰ ਫੈਬਰਿਕ ਹੈ ਜੀ। ਸਾੜੀ ਬਣਾਓ, ਸੂਟ ਬਣਾਓ, ਕੋਈ ਡਰੈਸ ਬਣਾਓ, ਕੋਈ ਸਾਧਨ ਬੱਚੋ ਕੀ ਡਰੈਸ ਬਣਾਉਣੀ ਹੈ, ਜਿਤਨਾ ਮਰਜ਼ੀ ਫੈਬਰਿਕ ਆਪ ਲੈ ਸਕਦੇ ਹੋ। ਵੈਸੇ ਸੂਟ 5 ਮੀਟਰ ਦਾ ਬਣਤਾ ਹੈ, ਪ੍ਰਾਈਸ 100 ਰੁਪਇਆ ਹੈ। ਪਹਿਲੇ ਆਪਕੋ ਦਿਖਾਏਗੇ 100 ਰੁਪਏ ਮੀਟਰ ਵਾਲੇ ਕੱਪੜੇ ਮੇ 3-4 ਦਿਨ ਦਿਖਾਏਗੇ, ਫਿਰ ਦਿਖਾਏਗੇ ਔਰ ਗੰਜਾ ਕੇ ਦੁਪੱਟੇ ਵਾਲੇ ਦਿਖਾਏਗੇ, ਫਿਰ ਆਪਕੋ ਇੱਕ ਸੂਟ ਦਿਖਾਏਗੇ 1300 ਜੋ ਸੂਟ 800 ਦੇਗੇ ਵਿਦ ਦੁਪੱਟਾ ਦੇਗੇ, ਬਹੁਤ ਅੱਛਾ ਫੈਬਰਿਕ ਹੋਗਾ ਜੀ। ਵੀਡੀਓ ਐਂਡ ਤੱਕ ਦੇਖਣਾ, ਜੋ ਨਵੇਂ ਕਸਟਮਰ ਵੀਡੀਓ ਦੇਖ ਰਹੇ ਹੈ ਪਲੀਜ਼ ਹਮਾਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਔਰ ਆਉਣ ਵਾਲੀ ਵੀਡੀਓ ਕਾ ਬੈਨੀਫਿਟ ਉਠਾਏ ਜੀ। ਵੀਡੀਓ ਸ਼ੁਰੂਆਤ ਕਰਦੇ ਹਾਂ ਪਹਿਲੇ ਪੀਸ ਸੇ। ਇਹ ਦੇਖੋ ਬੋਟਰ ਗ੍ਰੀਨ ਸ਼ੇਡ ਹੈ ਜੀ, ਇਹ ਇਸਕੀ ਪਹਿਲੀ ਬਾਤ, ਸਾਰੀ ਬਹੁਤ ਅੱਛੀ ਲੱਗਤੀ ਹੈ ਜੀ। ਇਹ ਦੇਖੋ ਪੀਸ ਬਹੁਤ ਪਿਆਰਾ ਲੱਗਤਾ ਪੀਸ। ਸੂਟ ਬਣਾਓ, ਸਾਰੀ ਡਰੈਸ ਜੀ ਬੱਚੋ ਕੇ ਸਾਥ ਮੈਂ ਬਣਾਉਣਾ ਹੈ, ਕੋਈ ਆਪਕਾ ਥੀਮ ਹੈ, ਕੱਪੜਾ ਇਕੱਠਾ ਲੈਣਾ, ਜਿੱਦਾਂ ਮਰਜ਼ੀ ਲੈ ਲਓ। ਇੱਕ ਜੇ ਬੋਟਰ ਗ੍ਰੀਨ ਸ਼ੇਡ ਆ ਗਿਆ ਜੀ, ਰਾਣੀ ਸ਼ੇਡ ਆ ਗਿਆ ਜੀ, ਕਿਆ ਬਾਤ ਹੈ। ਇਹ ਦੇਖੋ ਇੱਕ ਆ ਗਿਆ ਜੀ ਗ੍ਰੀਨ ਸ਼ੇਡ, ਇਹਨੂੰ ਫਟਾਫਟ ਸਕਰੀਨਸ਼ੋਟ ਭੇਜਣਾ ਜੀ। ਇਹ ਸਟੋਕ ਬਹੁਤ ਜਲਦੀ ਕਲੀਅਰ ਹੋਣ ਵਾਲਾ ਹੈ। ਇਹ ਲਓ ਜੀ, ਇਹ ਰੈੱਡ ਕਲਰ ਆ ਗਿਆ ਜੀ, ਇਹ ਰੈੱਡ ਕਲਰ ਆ ਗਿਆ, ਦੇਖਦੇ ਜਾਣਾ ਆਪ। ਇਹ ਆ ਗਿਆ ਪੀਕੋਕ ਸ਼ੇਡ, ਬਹੁਤ ਅੱਛਾ ਸ਼ੇਡ ਹੈ ਜੇ ਵਾਲਾ ਵੀ ਜੀ, ਜ਼ਬਰਦਸਤ ਕਲਰ ਹੈ ਜੀ। ਆਰ ਕੀ ਵੀਡੀਓ ਨੇ, ਇਹ ਦੇਖੋ ਕੰਮ ਦੇਖੋ ਕਿਤਨਾ ਬਰੀਕੀ ਜੀ, ਕਹੀਂ ਸੇ ਨਹੀਂ ਮਿਲੇਗਾ ਆਪਕੋ। 100 ਰੁਪਏ ਮੀਟਰ ਜੀ, 200 ਰੁਪਏ ਮੀਟਰ ਦਾ ਕੱਪੜਾ ਹੈ, ਸਭ ਬਰੀਕੀ ਵਰਕ ਮੇ ਹੈ ਪੀਸ। ਇਹ ਦੇਖੋ ਜੀ ਫਿਰੋਜ਼ੀ ਕਲਰ ਆ ਗਿਆ, ਇੱਕ ਆ ਗਿਆ ਜੀ ਬਲੈਕ ਕਲਰ। ਇਹ ਗਾਜਰੀ ਸ਼ੇਡ ਹੈ, ਰੈੱਡ ਨਹੀਂ, ਰੈੱਡ ਮੈਨੇ ਪਹਿਲੇ ਦਿਖਾ ਦਿਆ, ਆਪ ਸਾਥ ਮੈਸੇਜ ਕਰ ਦਿੰਦਾ ਵੀ ਆਪਣੇ ਗਾਜਰੀ ਦਾ ਰੈੱਡ ਲੈਣਾ ਹੈ। ਇਹ ਗਾਜਰੀ ਸ਼ੇਡ ਹੈ, ਆਪਕੋ ਕੈਮਰੇ ਮੇ ਰੈੱਡ ਲੱਗੇਗਾ ਬਟ ਰੈੱਡ ਨਹੀਂ ਹੈ ਜੀ, ਬੜਾ ਬਹੁਤ ਅੱਛਾ ਪੀਸ ਹੈ। ਇਹ ਗ੍ਰੀਨ ਆ ਗਿਆ, ਦੇਖੋ ਜੀ ਫੋਨ ਚੱਕਿਆ ਬਟੀਕ ਆਲੋਚ, ਇਹ ਗ੍ਰੀਨ ਆ ਗਿਆ ਜੀ, ਬਹੁਤ ਪਿਆਰਾ ਗ੍ਰੀਨ ਕਲਰ ਵੀ ਜੀ। ਔਰ ਜੀ ਆ ਗਿਆ ਪਿੰਕ ਸ਼ੇਡ ਜੀ, ਔਰ ਗ੍ਰੇ ਆ ਗਿਆ ਜੀ, ਇਹ ਮੈਰੂਨ ਆ ਗਿਆ ਜੀ, ਇਹ ਓਨੀਅਨ ਕਲਰ ਆ ਗਿਆ, ਇਹ ਨੇਵੀ ਬਲੂ ਕਲਰ ਆ ਗਿਆ ਜੀ, ਇਹ ਗ੍ਰੀਨ ਆ ਗਿਆ ਜੀ। ਅਬ ਰਿਪੀਟ ਚਲਤੇ ਹੈ ਜੀ ਹਮ, ਇਹ ਪੀਚ ਰਹਿ ਗਿਆ ਜੀ, ਪੀਚ ਪੀਚ, ਇਹ ਗ੍ਰੀਨ, ਇਹ ਬਲੂ ਕਲਰ, ਨੇਵੀ ਬਲੂ ਕਲਰ, ਬਹੁਤ ਅੱਛਾ ਸ਼ੇਡ ਹੈ, ਬਹੁਤ ਪਿਆਰਾ ਹੈ। ਓਨੀਅਨ ਕਲਰ ਆ ਗਿਆ, ਮੈਰੂਨ ਕਲਰ ਆ ਗਿਆ ਜੀ, ਗ੍ਰੇ ਕਲਰ ਆ ਗਿਆ ਜੀ, ਇੱਕ ਪਿੰਕ ਕਲਰ ਆ ਗਿਆ, ਸੀ ਗ੍ਰੀਨ ਆ ਗਿਆ, ਇਹ ਰੈੱਡ ਕਲਰ ਆ ਗਿਆ ਜੀ, ਰੈੱਡ ਕਲਰ ਵੀ ਚਟਕ ਸ਼ੇਡ ਲੈ ਰਹੀ ਹੈ ਜੀ ਇਹ, ਅਤੇ ਵੀ ਰੈੱਡ ਗਾਜਰੀ ਮਿਕਸ ਹੈ ਸਮਝੋ, ਇਹ ਜਦੋਂ ਸੋਰੀ ਗਾਜਰੀ ਹੈ, ਇਹ ਤੋਂ ਹੈ ਹੀ ਗਾਜਰੀ ਹੈ ਜੀ, ਰੈੱਡ ਜਿਵੇਂ ਆਏਗਾ, ਇਹ ਗਾਜਰੀ ਸ਼ੇਡ ਹੀ ਹੈ। ਇਹ ਬਲੈਕ ਆ ਗਿਆ ਜੀ, ਇਹ ਫਿਰੋਜ਼ੀ ਕਲਰ ਆ ਗਿਆ, ਪੀਕੋਕ ਸ਼ੇਡ ਆ ਗਿਆ, ਬਹੁਤ ਸੁੰਦਰ ਹੈ ਪੀਕੋਕ ਸ਼ੇਡ ਜੀ, ਇਹ ਦੇਖੋ ਪੀਕੋਕ ਕਿਤਨਾ ਪਿਆਰਾ ਲੱਗ ਰਿਹਾ। ਇਹ ਰੈੱਡ ਕਲਰ ਹੈ ਜੀ, ਇਹ ਪਿਓਰ ਰੈੱਡ ਹੈ ਜੀ, ਜਿਸਕੋ ਰੈੱਡ ਚਾਹੀਏ, ਗਾਜਰੀ ਚਾਹੀਏ, ਮੈਂਸ਼ਨ ਕਰਦਾ ਪਲੀਜ਼ ਆਪ। ਹੈਲੋ ਜੀ, ਪ੍ਰਾਈਸ 100 ਰੁਪਏ ਮੀਟਰ ਹੈ ਸਿਰਫ ਜੀ, ਇਸ ਮੈਂ ਡਿਜ਼ਾਇਨ ਹੋਰ ਵੀ ਦਿਖਾਏਗੇ। 100 ਰੁਪਏ ਮੀਟਰ ਪਹਿਲੇ ਨਾਗਿਨ ਦਿਖਾ ਲਿਆ ਆਪਕੋ, ਇਹ ਲੋ ਗ੍ਰੀਨ ਕਲਰ ਜੀ, ਔਰ ਕਿਆ ਬਾਤ ਹੈ ਜੀ, ਰਾਣੀ ਕਲਰ ਸਭ ਤੋਂ ਸੁੰਦਰ ਲੱਗਦਾ ਜੀ, ਮੈਨੂੰ ਰਾਣੀ ਕਲਰ ਕਿਤਨਾ ਪਿਆਰਾ ਲੱਗਦਾ ਪੀਸ ਜੀ, ਕੋਈ ਵੀ ਡਰੈਸ ਬਣਾ ਸਕਦੇ ਹੋ, ਬਹੁਤ ਅੱਛਾ ਲੱਗ ਰਿਹਾ ਪੀਸ। ਇੱਕ ਜੇ ਗ੍ਰੀਨ ਕਲਰ ਹੈ ਜੀ, ਲਓ ਜੀ ਇਹ ਔਰਗੈਂਜਾ ਵਿੱਚ ਆ ਗਿਆ ਪੀਸ, ਬਹੁਤ ਅੱਛਾ ਹੈ, 150 ਰੁਪਏ ਮੀਟਰ ਵਾਲਾ ਫੈਬਰਿਕ, 100 ਰੁਪਏ ਮੀਟਰ ਸਿਰਫ ਜੀ, ਬਹੁਤ ਵਧੀਆ 44 ਪਾਣਾ ਜੀ, ਜੋ ਤੁਹਾਨੂੰ ਪਹਿਲੇ ਦਿਖਾਇਆ ਨਾਗੀ ਨਾਲ ਉਹਦਾ 44 ਪਾਣਾ ਸੀ। 100 ਰੁਪਏ ਮੀਟਰ, ਜਿੰਨਾ ਮਰਜ਼ੀ ਕਪੜਾ ਲਓ, ਸਾੜੀ ਬਣਾਓ, ਸੂਟ ਬਣਾਓ, ਲਹਿੰਗਾ ਬਣਾਓ, ਆਹ ਦੇਖੋ ਡਿਜ਼ਾਇਨ ਕਿੰਨੇ ਵਧੀਆ ਦਿਖਾ ਰਹੇ ਤੁਹਾਨੂੰ, ਸਾਰੇ ਡਿਜ਼ਾਇਨ ਬਹੁਤ ਸੋਹਣੇ ਹੈਗੇ ਨੇ, ਆਹ ਦੇਖੋ, ਜਿਸ ਨੂੰ ਜ਼ਰੂਰਤ ਹੈ ਫਟਾਫਟ ਸਕਰੀਨਸ਼ੋਟ ਭੇਜੋ। ਇਹ ਸਟੋਕ ਜ਼ਿਆਦਾ ਰੁਕੇਗਾ ਨਹੀਂ ਜੀ, ਜਦੋਂ ਕੋਈ ਸੇਲ ਆਉਂਦੀ ਹੈ ਤੁਹਾਨੂੰ ਪਤਾ ਸਟੋਕ ਜ਼ਿਆਦਾ ਰੁਕਦਾ ਨਹੀਂਗਾ। ਆਹ ਦੇਖੋ ਪੀਸ ਕਿੰਨਾ ਵਧੀਆ ਕਲਰ ਲੱਗ ਰਿਹਾ, ਇੱਥੋਂ ਦਿਖਾਓ ਜੀ ਕਲਰ, ਜੋ ਗ੍ਰੇਸ ਕਿੰਨੀ ਆ ਰਹੀ ਹੈ ਪੀਸ ਦੀ ਜੀ, ਕਿਆ ਬਾਤ ਹੈ ਜੀ, ਵਾਈਟ ਦੇਖੋ ਕਿੰਨਾ ਅੱਛਾ ਲੱਗ ਰਿਹਾ, ਵਾਈਟ ਇਸ ਤਰ੍ਹਾਂ ਦਾ ਦੇਖੋ ਸੀਗਾ। ਆਲੋ ਜੀ ਇੱਕ ਆਹ ਦੇਖੋ ਜੀ,
ਜਾਂ ਤੁਹਾਨੂੰ ਦੁਪੱਟਿਆਂ ਦੇ ਬਾਅਦ ਦਿਖਾਵਾਂਗੇ, ਪਹਿਲਾਂ ਤੁਹਾਨੂੰ ਸਾਰਿਆਂ 100 ਰੁਪਏ ਮੀਟਰ ਵਾਲੇ 3 ਡਿਜ਼ਾਇਨ ਸਾਰੇ ਹੈਗੇ। ਇੱਕ ਡਿਜ਼ਾਇਨ ਦਿਖਾਤਾ ਤੁਹਾਨੂੰ, ਆਹ ਦੇਖੋ ਡਿਜ਼ਾਇਨ, ਕਲਰ ਕਿੰਨੇ ਪਿਆਰੇ ਹੈ, ਔਰਗੰਜਾ ਫੈਬਰਿਕ ਹੈ, 44 ਪਨਾ ਹੈ, ਜਿਤਨਾ ਮਰਜ਼ੀ ਕੱਪੜਾ ਲੈ ਸਕਦੇ ਹੋ, ਸਾੜੀ ਬਣਾਓ, ਸੂਟ ਬਣਾਓ, ਡਰੈਸ ਬਣਾਓ, 100 ਰੁਪਏ ਮੀਟਰ ਭਾਅ ਜੀ ਸਭ ਦਾ, 100 ਰੁਪਏ ਮੀਟਰ, 100 ਰੁਪਏ ਮੀਟਰ, 100 ਰੁਪਏ ਮੀਟਰ ਜੀ। ਲਓ ਜੀ ਅਗਲਾ ਡਿਜ਼ਾਇਨ ਲਿਆਓ ਜੀ। ਲਓ ਜੀ ਇੱਕ ਡਿਜ਼ਾਇਨ ਆਹ ਵਾਲਾ ਆ ਗਿਆ, ਦੇਖੋ ਮੈਚਿੰਗ ਹੈ, 100 ਰੁਪਏ ਮੀਟਰ ਦੇ ਵਿੱਚ ਹੈ ਜੀ ਇਹ। ਇਹ ਕਮੀਜ਼ ਹੈ, ਇਹ ਬੋਟਮ ਹੈ, 2.5 ਮੀਟਰ ਕਮੀਜ਼ ਦਾ, 2.5 ਮੀਟਰ ਬੋਟਮ ਦਾ, 500 ਰੁਪਏ ਸੂਟ ਹੈ ਜੀ, 100 ਰੁਪਏ ਮੀਟਰ ਹੈ। ਕਿਸੇ ਨੂੰ ਕੱਪੜਾ ਵੱਧ ਘੱਟ ਚਾਹੀਦਾ, ਵੱਧ ਘੱਟ ਮਿਲ ਜਾਏਗਾ ਜੀ। ਆਹ ਲਓ ਇਹ ਨਾਲ ਮਿਲ ਜਾਏਗਾ ਤੁਹਾਨੂੰ ਡਿਜ਼ਾਇਨ, ਇੱਕ ਆ ਵੀ ਹੈਗਾ, ਇੱਕ ਆ ਵੀ ਡਿਜ਼ਾਇਨ ਹੈਗਾ ਜੀ, 2 ਡਿਜ਼ਾਇਨ ਹੈ ਵਾਈਟ ਬਲੂ ਦੇ ਵਿੱਚ, ਇੱਕ ਆ ਗਿਆ ਜੀ ਡਿਜ਼ਾਇਨ ਪੀਚ ਨਾਲ ਬਲੈਕ ਕਲਰ ਦਾ, ਬਹੁਤ ਸੋਹਣਾ ਹੈ। ਆਹ ਲਓ ਜੀ ਇਹ ਮੈਚਿੰਗ ਸੂਟ ਹੀ ਮਿਲੇਗਾ ਤੁਹਾਨੂੰ ਜੀ, 100 ਰੁਪਏ ਮੀਟਰ, 500 ਸੂਟ। ਜੇ ਕਿਸੇ ਨੂੰ ਕੱਪੜਾ ਬੋਟਮ ਵਾਲਾ ਚਾਹੀਦਾ ਹੋਵੇ ਨਾ ਜੀ, ਵੱਧ ਘੱਟ ਮਿਲ ਜਾਏਗਾ, ਕਮੀਜ਼ ਦਾ ਵੱਧ ਘੱਟ ਮਿਲ ਜਾਏਗਾ। ਅਗਰ ਕਿਸੇ ਨੂੰ ਇਕੱਲਾ ਸੂਟ ਚਾਹੀਦਾ ਹੋਵੇ ਨਾ ਆਲ ਓਵਰ, ਉਹ ਬੋਟਮ ਵਾਲਾ ਮਿਲੇਗਾ, ਇਹ ਵਾਲਾ ਕੱਪੜਾ ਨਹੀਂ ਮਿਲੇਗਾ, ਬੋਟਮ ਵਾਲਾ ਅਲੱਗ ਸੂਟ ਮਿਲ ਸਕਦਾ ਤੁਹਾਨੂੰ ਜੀ। ਰੇਟ ਸਭ ਦਾ ਸੇਮ ਹੈ, 100 ਰੁਪਏ ਮੀਟਰ ਜੀ। ਆਹ ਲਓ ਜੀ ਇੱਕ ਆ ਗਿਆ ਜੀ ਬਲੈਕ ਦੇ ਵਿੱਚ, ਬਲੈਕ 'ਚ ਵੀ 2 ਡਿਜ਼ਾਇਨ ਆ ਜੀ, ਬੋਟਮ ਦੇ ਬਲੈਕ ਦੇ ਚੱਕੇ। ਆਹ ਦੇਖੋ ਬਲੈਕ ਆ ਵੀ ਚੱਲ ਨਾਲ ਲੈਂਦੇ। ਆਹ ਲਓ ਬਲੈਕ ਦੇ ਵਿੱਚ ਹੈ ਜੀ ਇਹ ਪੀਸ। ਆਹ ਲਓ ਇਹ ਬੋਟਮ ਵੀ ਹੈਗੀ, ਆ ਲਓ ਇਹਦੇ ਨਾਲ ਆਹੀ ਬੋਟਮ ਮਿਲੇਗੀ ਤੁਹਾਨੂੰ। ਆਹ ਲਓ ਇਹ ਬਲੈਕ ਨਾਲ 2 ਡਿਜ਼ਾਇਨ ਹੈ, ਜਿਹੜਾ ਡਿਜ਼ਾਇਨ ਦੱਸ ਦਿਆ ਤੁਸੀਂ। ਆਹ ਲਓ ਜੀ ਇੱਕ ਆ ਗ੍ਰੀਨ ਦੇ ਵਿੱਚ ਆ ਗਿਆ ਜੀ, ਬਹੁਤ ਵਧੀਆ ਪੀਸ ਹੈ। ਆਹ ਲਓ ਜੀ ਅਤੇ ਕਿਸੇ ਨੂੰ ਆਲੋ ਚਾਹੀਦਾ, ਆਲੋ ਵੀ ਦੇ ਦਾਂਗੇ ਤੁਹਾਨੂੰ ਜੀ। ਆਹ ਲਓ 100 ਰੁਪਏ ਮੀਟਰ ਰੇਟ ਹੈ ਸਿਰਫ। ਇੱਕ ਆ ਇਹਦੇ ਨਾਲ ਕੰਟਰਾਸਟ ਆ ਗਿਆ ਜੀ, ਇਹ ਵੀ ਤੁਹਾਨੂੰ ਆਲ ਓਵਰ ਦੇ ਦਾਂਗੇ ਕਿਸੇ ਨੂੰ ਜੀ। ਆਹ ਚਾਹੀਦਾ ਹੋਵੇ ਅੱਜ ਇਹ ਵੀ ਮਿਲ ਜੂਗਾ, ਇਹ ਵੀ ਮਿਲ ਜੂਗਾ, 100 ਰੁਪਏ ਮੀਟਰ ਹੈ ਜੀ ਇਹ। ਆਹ ਲਓ ਜੀ ਆਹ ਪੀਚ ਆ ਗਿਆ ਜੀ, ਇੱਕ ਪਲੇਨ ਬੋਟਮ ਬਣਾ ਦਿੰਦੇ, ਇਹ ਵੀ ਆਲ ਓਵਰ ਮਿਲ ਜਾਏਗਾ ਤੁਹਾਨੂੰ ਜੀ, ਇਹ ਵੀ ਆਲ ਓਵਰ ਮਿਲ ਜਾਏਗਾ, ਆਹ ਵੀ ਆਲ ਓਵਰ ਮਿਲ ਜਾਏਗਾ, ਆਹ ਵੀ ਮਿਲ ਜਾਏਗਾ, ਜਿੰਨਾ ਮਰਜ਼ੀ ਕੱਪੜਾ ਲਓ 100 ਰੁਪਏ ਮੀਟਰ ਦੇ ਵਿੱਚ ਹੈ ਜੀ। ਇੱਕ ਆਹ ਦੇਖੋ ਜੀ ਮੈਚਿੰਗ ਦੇ ਵਿੱਚ ਆ ਪੀਸ, ਬਹੁਤ ਸੋਹਣਾ ਹੈ ਆਪਣਾ ਵੀ। ਆਹ ਦੇਖੋ ਕਿੰਨਾ ਸ਼ਾਨਦਾਰ ਲੱਗ ਰਿਹਾ ਜੀ ਪੀਸ। ਇੱਕ ਆਹ ਦੇਖੋ ਜੀ ਸਿਰਫ 100 ਰੁਪਏ ਮੀਟਰ ਹੈ ਜੀ ਇਹ। ਇਹ ਸੇਲ ਦਾ ਫਾਇਦਾ ਉਠਾਓ ਜੀ ਤੁਸੀਂ, ਜਦੋਂ ਕੋਈ ਮੌਸਮ ਬਦਲਦਾ ਨਾ ਜੀ, ਉਦੋਂ ਆਟੋਮੈਟਿਕ ਸੇਲਾਂ ਆ ਜਾਂਦੀਆਂ ਜੀ। ਆਹ ਲਓ ਆਹ ਦੇਖੋ ਕਲਰ ਕਿੰਨਾ ਸੋਹਣਾ ਕਲਰ ਲੱਗ ਰਿਹਾ ਪੀਸ ਦਾ। ਆਹ ਲਓ ਜੀ ਓਨਲੀ 100 ਰੁਪੀਸ ਪਰ ਮੀਟਰ ਜੀ, ਗ੍ਰੇ ਕਲਰ ਆ ਗਿਆ ਜੀ ਇੱਕ ਦੇਖੋ ਇਹਦੇ 'ਚ। ਆਹ ਲਓ ਜੀ ਇੱਕ ਆ ਗ੍ਰੀਨ ਆ ਗਿਆ ਜੀ। ਆਹ ਲਓ ਜੀ ਬਹੁਤ ਸੋਹਣਾ ਗ੍ਰੀਨ ਹੈ ਜੀ, ਇਹਦੇ ਤੁਸੀਂ ਆਹ ਲੈਣਾ ਆਲ ਓਵਰ ਮਿਲ ਜਾਏਗਾ ਤੁਹਾਨੂੰ ਜੀ, ਇਹ ਵਾਲਾ ਮੈਚਿੰਗ ਹੀ ਮਿਲੇਗਾ, ਇਹ ਆਲ ਓਵਰ ਮਿਲ ਸਕਦਾ ਤੁਹਾਨੂੰ, ਪ੍ਰਾਈਸ ਹੈ 100 ਰੁਪਏ ਮੀਟਰ ਹੈ ਜੀ ਇਹ। ਆਹ ਲਓ ਜੀ ਆਲ ਓਵਰ ਇਹ ਆਲ ਓਵਰ ਮਿਲੇਗਾ ਤੁਹਾਨੂੰ ਜੀ, ਆਹ ਮੈਚਿੰਗ ਮਿਲੇਗਾ, ਇਹ ਰਾਨੀ ਕਲਰ ਹੈਗਾ ਜੀ। ਦੇਖੋ ਪੀਸ, ਦੇਖੋ ਪੀਸ, ਇਹ ਵੀ ਆਲ ਓਵਰ ਮਿਲੇਗਾ ਜੀ ਰਾਨੀ ਤੁਹਾਨੂੰ, ਸਾਰੀ ਬਣਾਈ ਸਾਰੀ ਬੜੀ ਵਧੀਆ ਬਣੂਗੀ ਇਸਦੀ, ਉਹ ਸਟੂਲ 'ਤੇ ਪਿਆ ਸੂਟ ਬਣਾਓ, ਸਾਰੀ ਬਣਾਓ, 100 ਰੁਪਏ ਮੀਟਰ ਵਿੱਚ ਹੈ ਜੀ ਇਹ। ਇੱਕ ਆ ਗਿਆ ਜੀ ਇਹਦੀ ਮੈਚਿੰਗ, ਇਹ ਵੀ ਆਲ ਓਵਰ ਹੈ ਜੀ ਇਹ, 100 ਰੁਪਏ ਮੀਟਰ ਹੈ, ਬਹੁਤ ਸੋਹਣਾ ਪੀਸ ਹੈ, ਇਹ ਵੀ ਆਲ ਓਵਰ ਗ੍ਰੀਨ ਕਲਰ ਬੜਾ ਪਿਆਰਾ ਲੱਗ ਰਿਹਾ, ਗ੍ਰੀਨ ਤਾਂ ਵੈਸੇ ਹੀ ਬਹੁਤ ਅੱਛਾ ਲੱਗ ਰਿਹਾ, ਇਹ ਤੁਸੀਂ ਜੋ ਮਰਜ਼ੀ ਬਣਾ ਸਕਦੇ ਹੋ, ਡਿਜ਼ਾਇਨ ਦੋ ਹੈ ਨਾ, ਆਹ ਦੇਖੋ ਡਿਜ਼ਾਇਨ ਜੋ ਮਰਜ਼ੀ ਬਣਾ ਲਓ ਇਸਦਾ। ਆਲ ਓਵਰ ਸੂਟ ਹੈ ਰਾਮਾ ਗ੍ਰੀਨ ਦੇ ਵਿੱਚ, ਇਹ ਵੀ ਆਲ ਓਵਰ ਸੂਟ ਹੈਗਾ, ਖੋਈ ਦੇ ਦਿਓ ਬਸ। ਹੈਲੋ ਜੀ ਇਹ ਦੇਖੋ ਇਹ ਡਿਜ਼ਾਇਨ ਬਹੁਤ ਸੋਹਣਾ ਜੀ, 4-5 ਕਲਰ ਇਹਦੇ 'ਚ, ਬਲੈਕ ਵੀ ਖੋਲ ਦਿਓ ਜੀ, ਤੁਹਾਨੂੰ ਮੈਂ ਇੱਕ ਖੋਲ ਕੇ ਦਿਖਾਉਣਾ ਹੁੰਦਾ, ਕੱਪੜਾ ਬਹੁਤ ਜ਼ਿਆਦਾ ਵਧੀਆ ਇਹ, ਇੱਕ ਚੀਜ਼ ਕੋਲ ਦਿਖਾਉਣਾ ਤੁਹਾਨੂੰ ਆਈਡੀਆ ਹੋ ਜਾਵੇ ਵੀ ਕੀ ਚੀਜ਼ ਹੈ ਇਹ ਜੀ। ਹਾਂ 44 ਪਨਾ ਜੀ ਇਹ ਸੂਟ ਬਣੇਗਾ, 5 ਮੀਟਰ ਦਾ, ਬਹੁਤ ਅੱਛਾ ਪੀਸ ਹੈ, ਸਾੜੀ ਬਣਾਓ ਸਾੜੀ ਵੀ ਬਣ ਜਾਏਗੀ ਇਸਦੀ। ਆਹ ਲਓ ਜੀ ਇਹ ਸੂਟ ਦੀ ਲੁੱਕ ਹੈ ਜੀ, ਸਿਰਫ 100 ਰੁਪਏ ਮੀਟਰ, 100 ਰੁਪਏ ਮੀਟਰ ਪਲੇਨ ਕੱਪੜਾ ਮਿਲਦਾ ਜੀ, ਜੋਰਜੱਟ ਦਾ, ਤੁਹਾਨੂੰ ਕਢਾਈ ਵਾਲਾ ਦੇ ਰਹੇ ਹਾਂ ਕਿ ਉਹ ਸੇਲ ਹੈ ਇਸਦੀ ਜੀ। ਅਗਰ ਕੋਈ ਡਿਜ਼ਾਇਨ ਨਵਾਂ ਦੀ ਆ ਜਾਂਦਾ ਉਹਦਾ ਪ੍ਰਾਈਜ਼ 200 ਰੁਪਏ ਮੀਟਰ ਘੱਟ ਤੋਂ ਘੱਟ ਹੋਏਗਾ ਜੀ। ਇੱਕ ਅਲੱਗ ਗ੍ਰੀਨ ਇਹਦੇ 'ਚ, ਇੱਕ ਪਿੰਕ ਸ਼ੇਡ ਆ ਗਿਆ ਦੁਕਾਨ ਦੇ 'ਚ, ਇੱਕ ਆ ਗਿਆ ਜਾਮਨੀ ਸ਼ੇਡ, ਇੱਕ ਫਰੋਜੀ ਆ ਗਿਆ, ਇੱਕ ਬਲੈਕ ਆ ਗਿਆ ਜੀ, ਇੱਕ ਪੀਚ ਕਲਰ ਆ ਗਿਆ ਜੀ। ਸਭ ਦਾ ਪ੍ਰਾਈਜ਼ 100 ਰੁਪਏ ਮੀਟਰ ਹੈ ਜੀ। ਹੁਣ ਤੁਹਾਨੂੰ ਇਸ ਤੋਂ ਬਾਅਦ ਦਿਖਾਵਾਂਗੇ ਅਸੀਂ ਬਸ ਥੋੜ੍ਹਾ ਵੀ ਇੱਕ ਆ ਲਓ ਜੀ
ਹੁਣ ਤੁਹਾਨੂੰ ਇਸ ਤੋਂ ਬਾਅਦ ਦਿਖਾਵਾਂਗੇ ਅਸੀਂ ਦੁਪੱਟੇ ਵਾਲੇ ਸੂਟ ਔਰਗੰਜਾ ਦੇ ਵਿੱਚ, ਬਹੁਤ ਅੱਛੇ ਸੂਟ ਦਿਖਾਉਣ ਵਾਲੇ ਹਾਂ ਜੀ। ਲਓ ਜੀ ਹੁਣ ਸਟਾਰਟ ਹੋ ਗਿਆ ਔਰਗੰਜਾ ਦੇ ਵਿੱਚ ਸੂਟ ਦੁਪੱਟੇ ਵਾਲੇ ਜੀ। ਇਹ ਸੂਟ ਆਲਓਵਰ ਹੋਏਗਾ ਜੀ, 44 ਪੰਨੇ ਦਾ ਕੱਪੜਾ, ਜਿਹੜਾ ਤੁਹਾਨੂੰ 5 ਮੀਟਰ ਮਿਲੇਗਾ, ਜਿਹੜਾ ਬੜਾ ਪੰਨਾ ਹੋਏਗਾ ਉਹ ਤੁਹਾਨੂੰ ਮਿਲੇਗਾ 4 ਮੀਟਰ, ਬਟ ਇਹ 44 ਪੰਨਾ ਹੈ। ਇਹ ਦੇਖੋ ਇਹ ਦੁਪੱਟਾ ਨਾਲ ਔਰਗੰਜਾ ਦਾ ਜੀ, ਦੁਪੱਟਾ ਬਹੁਤ ਸੋਹਣਾ ਬਣਿਆ ਹੈ, ਸੂਟ ਦੀ ਬਹੁਤ ਜ਼ਿਆਦਾ ਗ੍ਰੇਸ ਆਏਗੀ, ਦੁਪੱਟਾ ਵੀ 2.25 ਤੋਂ ਜ਼ਿਆਦਾ ਦੇਵਾਂਗੇ। ਇਹ ਸੂਟ ਦਾ ਕੱਪੜਾ 5 ਮੀਟਰ ਮਿਲੇਗਾ ਆਲਓਵਰ ਨਾਲ ਦੁਪੱਟਾ, ਪ੍ਰਾਈਸ ਓਨਲੀ 100 ਹੈ ਜੀ। ਦੇਖੋ ਕਿੰਨੀ ਗ੍ਰੇਸ ਹੈ ਦੁਪੱਟੇ ਨਾਲ ਸੂਟ ਦੀ ਜੀ, ਦੋਨੋਂ ਸਾਈਡਾਂ ਕੱਟ ਵਰਕ ਹੈ ਨਾਲੇ ਵਰਕ ਹੈ ਜੀ, ਪ੍ਰਾਈਸ ਓਨਲੀ 100 ਜੀ। ਇਹ ਕਾਰਿਆਨਾ ਦੇਖੋ ਇਹਦੇ 'ਚ ਜੀ, ਬਹੁਤ ਪਿਆਰੇ ਦੁਪੱਟੇ ਹੈ ਜੀ। ਆਹ ਦੇਖੋ ਇਹ ਨਾਲ ਦੁਪੱਟਾ ਹੈਗਾ, ਪ੍ਰਾਈਸ ਓਨਲੀ 800, ਡਿਜ਼ਾਇਨ ਬਹੁਤ ਸੋਹਣੇ ਹੈ। ਇਹ ਕਾਰਿਆਨਾ ਗਿਆ ਜੀ, ਆਹ ਇਹ ਵੀ ਨਾਲ ਦੁਪੱਟਾ ਹੈਗਾ ਜੀ, 800 ਰੁਪਇਆ ਸੂਟ ਦੇ ਰਹੇ ਜੀ, ਨਾਲ ਦੁਪੱਟਾ ਦੇ ਰਹੇ ਹਾਂ, 4 ਸਾਈਡ ਵਰਕ, 2 ਸਾਈਡ ਵਰਕ ਵਾਲਾ। ਆਹ ਦੇਖੋ ਆਲਓਵਰ 5 ਮੀਟਰ 44 ਪਾਣਾ, ਇਹ ਕਾਹ ਕੰਨਾ ਮਿਲੇਗਾ ਤੁਹਾਨੂੰ ਜੀ। ਆਹ ਇਹ ਵੀ ਨਾਲ ਦੁਪੱਟਾ ਹੈ, ਬਹੁਤ ਅੱਛਾ ਲੱਗ ਰਿਹਾ ਸੂਟ, ਗ੍ਰੇਸ ਬਹੁਤ ਜ਼ਿਆਦਾ ਆ ਰਹੀ ਹੈ ਪੀਸ ਦੀ, ਓਨਲੀ 800 ਦਾ ਸੂਟ। ਲਓ ਜੀ ਇਹ ਸੀਗਾ 44 ਪੰਨੇ ਦੇ ਪੀਸ, ਇੱਕ ਆਹ ਵਾਲਾ ਹੈਗਾ ਜੀ, ਥੋੜ੍ਹਾ ਜਿਹਾ ਆਲੂ ਜੀ, ਇਹ ਵੀ 44 ਪੰਨੇ ਦੇ ਜੀ। ਇੱਕ ਆਹ ਵਾਲਾ ਕਲਰ ਹੈ ਜੀ, ਦੇਖੋ ਇਹ ਨਾਲ ਦੁਪੱਟਾ ਆਏਗਾ ਜੀ, ਬਹੁਤ ਪਿਆਰਾ ਲੱਗ ਰਿਹਾ ਪੀਸ, ਇਹ ਮੈਚਿੰਗ ਵਿੱਚ ਸੂਟ ਹੈਗਾ ਜੀ। ਆਹ ਵੀ ਮੈਚਿੰਗ 'ਚ ਹੈਗਾ ਜੀ ਪੀਸ, ਆਹ ਦੇਖੋ ਸਿਰਫ 800 ਰੁਪਇਆ ਸੂਟ ਹੈ ਜੀ ਇਹ। ਲਓ ਜੀ ਹੁਣ ਸਟਾਰਟ ਹੋ ਗਿਆ ਜੀ, ਇਹਦਾ ਪੰਨਾ ਹੈ ਜੀ 58 ਇੰਚ ਪੰਨਾ ਹੈ, ਸੂਟ ਵੈਸੇ ਤਾਂ 3.5 ਮੀਟਰ ਦਾ ਬੰਦਾ ਹੈ, ਬਟ ਤੁਹਾਨੂੰ ਅਸੀਂ 4 ਮੀਟਰ ਕੱਪੜਾ ਦੇਵਾਂਗੇ ਜੀ, ਅਗਰ ਕਿਸੇ ਨੇ ਕੱਪੜਾ ਵੱਧ ਕਰ ਲੈਣਾ ਹੋਵੇ ਸੂਟ ਦਾ, ਉਹਦੇ ਵੱਧ ਘੱਟ ਪੈਸੇ ਲੱਗ ਜਾਣਗੇ ਜੀ। ਇਹ ਦੇਖੋ ਇਹ ਵਾਲਾ ਸੂਟ ਹੈ ਜੀ ਬੋਰਡਰ ਵਾਲਾ, ਇਹਦੇ ਨਾਲ ਪਲਾਜੋ ਸ਼ਰਾਰਾ ਬਹੁਤ ਅੱਛਾ ਬਣੇਗਾ, ਲੌਂਗ ਡਰੈਸ ਬਣਾਓ ਬੜੀ ਵਧੀਆ ਬਣੇਗੀ ਇਸ ਦੀ। ਇਹ ਦੁਪੱਟਾ ਜਿਹਾ ਇਸਦਾ ਦੁਪੱਟੇ ਥੋੜ੍ਹੇ ਕੰਟਰਾਸਟ ਹੈ ਨਾਲ ਇਹਨਾਂ ਦੀ ਜੀ, ਹੈਲੋ ਇਹ ਦੁਪੱਟਾ ਹੈਗਾ ਜੀ ਕੰਟਰਾਸਟ ਵਿੱਚ, ਦੁਪੱਟੇ ਸਭ ਦੇ ਕੰਟਰਾਸਟ ਹੈ ਜੀ। ਹੈਲੋ ਇਹ ਸੂਟ ਆਏਗਾ ਜੀ, ਇਹ ਦੁਪੱਟਾ ਨਾਲ ਆਏਗਾ ਕੰਟਰਾਸਟ, ਬਹੁਤ ਵਧੀਆ ਪੀਸ ਹੈ। ਇਹ ਦੁਪੱਟਾ ਕੰਟਰਾਸਟ ਆਏਗਾ ਨਾਲ ਇਸਦੇ, ਬਹੁਤ ਸੋਹਣਾ ਇੱਕ ਵਾਲਾ ਕਲਰ ਹੈ ਜੀ, ਇਹ ਤੁਹਾਨੂੰ ਕੱਪੜਾ 4 ਮੀਟਰ ਦੇਵਾਂਗੇ ਸੂਟ ਦਾ ਸੀ ਜੀ, ਨਾਲ 2.25 ਦੁਪੱਟਾ ਦੇਵਾਂਗੇ, ਇੱਕ ਵਾਲਾ ਕਲਰ ਆ ਗਿਆ ਦੇਖਣ ਵਿੱਚ ਸਿੱਧਾ ਪਾਸਾ ਜੀ ਇਸਦਾ, ਵੱਡੇ ਪੰਨੇ ਦਾ ਕੱਪੜਾ 4 ਮੀਟਰ ਮਿਲੇਗਾ ਜੀ, 58 ਇੰਚ ਪੰਨਾ, ਦੇਖੋ ਸਾਰਾ ਪੰਨਾ ਜਿੰਨੀ ਮਰਜ਼ੀ ਲੰਬਾਈ ਬਣਾ ਲਓ, ਔਰ ਨਾਲ ਦੁਪੱਟੇ ਸਭ ਡਾਰਕ ਹੈ ਜੀ, ਦੁਪੱਟੇ ਕੰਟਰਾਸਟ ਆਏ ਹੈਗੇ, ਮੈਂ ਦੁਪੱਟੇ ਤੋਂ ਨਾਲ ਤਾਂ ਦਿਖਾ ਰਿਹਾ ਹੈਗਾ, ਦੁਪੱਟੇ ਸਭ ਦੇ ਕੰਟਰਾਸਟ ਆਏ ਹੈ, ਹਲਕੇ ਹਲਕੇ ਦੁਪੱਟੇ ਡਾਰਕ ਹੈ ਸਭ ਦੇ। ਹਾਂ ਇੱਕ ਆਹ ਵਾਲਾ ਸ਼ੇਡ ਨਹੀਂ ਹੈਗਾ, ਇੱਕ ਆਹ ਸ਼ੇਡ ਆ ਗਿਆ ਦੇਖੋ ਜੀ, ਆਹ ਨਾਲ ਆ ਗਿਆ ਸ਼ੇਡ, ਨਾਲ ਵਧੀਆ ਲੱਗਦੇ, ਵਾਈਟ ਬੇਸ ਆ ਨਾ, ਦੁਪੱਟਾ ਕੰਟਰਾਸਟ ਅੱਛਾ ਲੱਗਦਾ ਨਾਲ ਇਹਦੇ। 4 ਮੀਟਰ ਸੂਟ ਦਾ ਮਿਲੂਗਾ ਜੀ, ਵੱਡੇ ਪੰਨੇ ਦਾ 58 ਇੰਚ ਪੰਨੇ ਦਾ, ਵੈਸੇ 3.5 ਦਾ ਬਣੇਗਾ, ਪਰ ਤੁਹਾਨੂੰ 4 ਮੀਟਰ ਸੂਟ ਦਾ ਦੇਵਾਂਗੇ ਅਸੀਂ, 2.25 ਦੁਪੱਟੇ ਦਾ, 2.25 ਤੋਂ ਜ਼ਿਆਦਾ ਹੀ ਦੇਵਾਂਗੇ, 800 ਰੁਪਇਆ ਸੂਟ ਦੇਵਾਂਗੇ ਤੁਹਾਨੂੰ। ਇੱਕ ਆਹ ਗ੍ਰੀਨ ਕਲਰ ਹੈਗਾ ਨਿੱਚ, ਦੇਖੋ ਬਹੁਤ ਵਧੀਆ ਪੀਸ ਹੈ ਵੀ ਜੀ, ਆਹ ਦੁਪੱਟੇ ਕੰਟਰਾਸਟ ਨਾਲ ਹੈ, ਬਹੁਤ ਸੋਹਣਾ ਕਲਰ ਆ ਵੀ, ਵਧੀਆ ਲੱਗਦਾ ਪੀਸ। ਇੱਕ ਆਹ ਦੇਖੋ ਆਹ ਕਲਰ ਨਿੱਚ, ਇਹ ਡਰੈਸ ਬੜੀ ਪਿਆਰੀ ਬਣਦੀ, ਚਾਹੇ ਇਸਦਾ ਗਾਊਨ ਬਣਾ ਲਓ ਪੂਰਾ 5 ਮੀਟਰ ਦਾ ਗਾਊਨ, ਬੜਾ ਵਧੀਆ ਬਣੂ ਨਾਲ ਦੁਪੱਟਾ ਜੀ, ਗਾਊਨ ਬਹੁਤ ਜ਼ਿਆਦਾ ਫਲੱਫੀ ਗਾਊਨ ਬਣੇਗਾ ਇਸਦਾ, ਲੌਂਗ ਫਰੋਕ ਬਣਾ ਲਓ। ਆਹ ਜੀ 4 ਮੀਟਰ ਕੱਪੜਾ ਦੇਵਾਂਗੇ ਤੁਹਾਨੂੰ ਅਸੀਂ, ਅਗਰ ਵੱਧ ਘੱਟ ਲਓਗੇ ਵੱਧ ਘੱਟ ਪੈਸੇ ਲੱਗ ਜਾਣਗੇ ਜੀ। ਇੱਕ ਆਹ ਕਲਰ ਦੇ ਦੇਖੋ, ਆਲੋ ਇਹ ਨਾਲ ਦੁਪੱਟਾ ਜੀ, ਕਰਾਂਗੇ ਆਲੋ ਜੀ, ਇੱਕੋ ਜੀ ਇੱਕ ਆ ਰੰਗ ਹੈਗਾ ਦੇਖੋ,
ਇੱਕ ਦੋ ਤਿੰਨ ਚਾਰ ਕਲਰ ਔਰ ਪੰਜ ਕਲਰ ਛੇ ਕਲਰ ਕਲਰ ਦਾ ਸੈੱਟ ਹੈ ਜੀ ਇਹਦੇ 'ਚ ਤੱਕ ਤਾਂ ਪਰ ਲਿਖਾ ਜੀ ਆਲੂ ਜੀ ਤਿੰਨ ਆ ਜੀ ਇਹ ਸਾਰੇ 800 ਰੁਪਏ ਸੂਟ ਹੈ ਜੀ ਛੋਟੇ ਬਣੇ ਦਾ ਮੈਨੂੰ 4 ਮੀਟਰ ਕੱਪੜਾ ਆ ਪੰਜ ਵੱਡੇ ਬਣੇ ਦਾ ਪੰਜ ਮਿਲੇਗਾ ਜੀ ਤੁਹਾਨੂੰ ਹੋਰ ਦਿਖਾਓ ਜੀ ਬਸ ਇਹ ਮਟਰ ਨਾਵਲ ਆ ਗਿਆ ਜੀ ਇਹ ਦੇਖੋ ਇਹ ਕਮੀਜ਼ ਦਾ ਕੱਪੜਾ ਜੀ ਇਹ ਕਮੀਜ਼ ਆਏਗਾ ਜੀ ਇਹ ਬੋਟਮ ਆਏਗੀ ਨਾਲ ਬਹੁਤ ਵਧੀਆ ਪੀਸ ਹੈ ਜੀ ਇਹ ਦੇਖੋ ਇਹ ਬੋਟਮ ਇਹ ਕਮੀਜ਼ ਦੁਪੱਟਾ ਨਾਲ ਤੁਹਾਨੂੰ ਦਿਖਾਉਣੇ ਜੀ ਆਲੂ ਜੀ ਇਹ ਦੁਪੱਟਾ ਆਏਗਾ ਜੀ ਨਾਲ ਪੀਸ ਦੇਖੋ ਕਿੰਨਾ ਵਧੀਆ ਜੀ ਇਹਦਾ ਪ੍ਰਾਈਜ਼ ਅੱਜ 800 ਰੁਪਏ ਹੋ ਗਿਆ ਇਹਦਾ ਫਾਇਦਾ ਸਾਰੋ ਸਾਡੇ ਕੋਲ 20-25 ਸੂਟ ਸਿਰਫ ਹੈਗੇ ਜੀ ਆਲੂ ਆਹ ਦੁਪੱਟਾ ਜੀ ਦੇਖੋ ਦੁਪੱਟੇ ਦਾ ਵਰਕ ਫੁੱਲ ਵਰਕ ਹੈ ਦੋਵਾਂ ਸਾਈਡਾਂ ਦਾ ਵਰਕ ਹੈ ਕਿੰਨੀ ਗ੍ਰੇਸ ਆ ਰਹੀ ਹੈ ਪੀਸ ਦੀ ਦੇਖੋ ਤੁਸੀਂ ਫੁੱਲ ਦੁਪੱਟਾ ਹੈਵੀ ਹੋਇਆ ਸਰਦੀਆਂ ਦਾ ਸੂਟ ਹੈ ਆਹ ਦੇਖੋ ਇਸ ਤਰ੍ਹਾਂ ਲੁੱਕ ਆਏਗੀ ਸੂਟ ਦੀ ਜੀ ਪੂਰੇ ਦੀ ਆਹ ਦੇਖੋ ਨੇਵੀ ਬਲੂ ਕਲਰ ਹੈ ਵੈਸੇ ਨੇਵੀ ਰੰਗ ਬੜਾ ਪਿਆਰਾ ਲੱਗ ਰਿਹਾ ਪੀਸ ਇੱਕ ਦੇ ਮੈਰੂਨ ਕਲਰ ਹੈ ਜੀ ਆਹ ਦੇਖੋ ਇਹ ਵੀ ਇਸ ਤਰੀਕੇ ਨਾਲ ਹੀ ਆਏਗਾ ਜੀ ਆ ਪੀਸ ਇਹ ਬੋਟਮ ਦਾ ਕੱਪੜਾ ਆਏਗਾ ਜੀ ਥਾਨ ਹੈ ਯਾਰ ਦੁਪੱਟਾ ਨਹੀਂ ਹੈਗਾ ਨਾ ਆਲੋ ਜੀ ਇਹ ਬੋਟਮ ਦਾ ਕੱਪੜਾ ਜੀ ਇਹ ਕਮੀਜ਼ ਦਾ ਮੈਰੂਨ ਕਲਰ ਹੈ 2.5 ਮੀਟਰ ਕਮੀਜ਼ ਦਾ 2.5 ਮੀਟਰ ਬੋਟਮ ਦਾ ਬਹੁਤ ਅੱਛਾ ਲੱਗ ਰਿਹਾ ਪੀਸ ਦੇਖੋ ਨਾਲ ਆ ਵਾਲਾ ਦੁਪੱਟਾ ਆਏਗਾ ਜੀ ਇਸਦੇ ਇੱਕ ਨੇਵੀ ਕਲਰ ਦਿਖਾਦਾ ਤੁਹਾਨੂੰ ਇੱਕ ਮੈਰੂਨ ਦਿਖਾ ਰਹੇ ਹਾਂ ਜੀ ਦੇਖੋ ਕਿੰਨਾ ਅੱਛਾ ਦੁਪੱਟਾ ਜੀ 2.5 ਮੀਟਰ ਦੇ ਕਰੀਬ ਦੁਪੱਟਾ ਹੋਏਗਾ ਜੀ 2.25 ਤੋਂ ਵੱਧ ਦੁਪੱਟਾ ਹੈ ਆਲੋ ਦੁਪੱਟਾ ਹੀ ਸਾਡੇ ਤੋਂ 800 ਘੱਟ ਮਿਲਦੇ ਮੇਰੀ ਗਰੰਟੀ ਹੈ ਜੀ ਇਹ ਬਹੁਤ ਸੋਹਣਾ ਪੀਸ ਲੱਗ ਰਿਹਾ ਦੇਖੋ ਦੁਬਾਰਾ ਫਿਰ ਦੇਖ ਲਓ ਤੁਸੀਂ ਇਹ ਮੈਰੂਨ ਦੇ ਨਾਲ ਕੰਟਰਾਸਟ ਹੋ ਗਿਆ ਆਲੋ ਇਹ ਨਾਲ ਦੁਪੱਟਾ ਆਏਗਾ ਜੀ ਬਹੁਤ ਸੋਹਣਾ ਜੀ ਇੱਕ ਨੇਵੀ ਕਲਰ ਇੱਕ ਮੈਰੂਨ ਇੱਕ ਪੀਕੋਕ ਸ਼ੇਡ ਹੋ ਗਿਆ ਦੇਖੋ ਜੀ ਇਹ ਵਾਲਾ ਇਹ ਕਮੀਜ਼ ਦਾ ਜੀ ਬਾਰਡਰ ਇਹ ਬੋਟਮ ਦਾ ਹੈ ਆਹ ਦੇਖੋ ਪੀਸ ਇਹ ਨਾਲ ਦੁਪੱਟਾ ਆਏਗਾ ਜੀ ਇਸਦੇ ਆਲੋ ਜੀ ਤਿੰਨ ਕਲਰ ਹੋ ਗਏ ਜੀ ਇਹਨਾਂ 'ਚ ਇਹ ਗ੍ਰੀਨ ਦਿਓ ਜੀ ਰੰਗ ਇਹਦੇ ਇਹ ਗ੍ਰੀਨ ਸ਼ੇਡ ਆ ਗਿਆ ਜੀ ਆਹ ਦੇਖੋ ਆਹ ਬੋਟਮ ਆ ਗਈ ਜੀ ਬਲੈਕ ਆਹ ਵਾਲਾ ਕਮੀਜ਼ ਆ ਗਿਆ ਜੀ ਇਹ ਕਮੀਜ਼ ਹੈ ਜੀ ਉਹ ਬੋਟਮ ਹੈ ਉਹ ਨਾਲ ਦੁਪੱਟਾ ਉਵੇਂ ਹੈ ਜੀ ਦੁਪੱਟਾ ਖੋਲਦੇ ਨਹੀਂ ਸਾਰੇ ਆਪਾਂ ਆਲੋ ਇਹ ਦੁਪੱਟੇ ਵਰਕ ਉਵੇਂ ਹੈ ਜੀ ਆਲੋ ਨੇਵੀ ਮੈਰੂਨ ਗ੍ਰੀਨ ਔਰ ਪੀਕੋਕ ਚਾਰ ਕਲਰ ਆ ਗਏ ਜੀ ਇੱਕ ਬਲੈਕ ਕਲਰ ਆ ਗਿਆ ਜੀ ਅਲਟੀਮੇਟ ਕਲਰ ਹੈ ਬਲੈਕ ਵੀ ਆਲੋ ਜੀ ਇਹ ਬਲੈਕ ਦੀ ਬੋਟਮ ਆਏਗੀ ਜੀ ਬਹੁਤ ਸੋਹਣਾ ਪੀਸ ਹੈ ਆਲੋ ਜੀ ਇਹ ਨਾਲ ਕਮੀਜ਼ ਆਏਗਾ ਜੀ ਬਲੈਕ ਦੇ ਵਿੱਚ ਔਰ ਇਹ ਨਾਲ ਦੁਪੱਟਾ ਆਏਗਾ ਜੀ ਬੜਾ ਸੋਹਣਾ ਦੁਪੱਟਾ ਹੈ ਫੁੱਲ ਹੈਵੀ ਦੁਪੱਟਾ ਜੀ ਇਸ ਦੇ ਨਾਲ ਆਲੋ ਪੰਜ ਕਲਰ ਆ ਗਏ ਜੀ ਇੱਕ ਸੂਟ ਆ ਵਾਲਾ ਪਿਆ ਜੀ ਜਾਮਨੀ ਇੱਕ ਗ੍ਰੀਨ ਪਿਆ ਜੀ ਇਹਦੇ 'ਚ ਇੱਕ ਆ ਰੈੱਡ ਕਲਰ ਪਿਆ ਜੀ ਰੈੱਡ ਕਲਰ ਜੀ ਗ੍ਰੀਨ ਕਲਰ ਇਹ ਆ ਗਿਆ ਜੀ ਵਾਈਨ ਕਲਰ ਜੀ ਲਓ ਜੀ ਇਸ ਦਾ ਪ੍ਰਾਈਜ਼ 800 ਰੁਪਇਆ ਕੱਢਿਆ ਸੀ 2.5 ਮੀਟਰ ਕਮੀਜ਼ ਦਾ 2.5 ਮੀਟਰ ਬੋਟਮ ਦਾ ਔਰ ਅੱਜ ਦਾ ਵੀਡੀਓ ਬਹੁਤ ਸਪੈਸ਼ਲ ਬਣ ਗਿਆ ਜੀ ਜਿਹੜੇ ਤੁਹਾਨੂੰ ਔਰਗੰਜਾ ਦੇ ਸੂਟ ਦਿਖਾਏ ਨੇ ਜੀ ਅਸੀਂ ਉਹਦੇ ਜੋ ਬੜਾਪਣਾ ਹੈ 58 ਪਣਾ ਉਹ ਤੁਹਾਨੂੰ ਸੂਟ ਦਾ 4 ਮੀਟਰ ਦੇਵਾਂਗੇ ਸੂਟ ਬੜੇ ਆਰਾਮ ਨਾਲ ਬਣੇਗਾ ਵੈਸੇ 3.5 ਦਾ ਬਣ ਜਾਂਦਾ ਹੈਗਾ ਜੋ ਦਿਖਾਇਆ ਤੁਹਾਨੂੰ ਅਸੀਂ ਬਲੈਕ ਦਿਖਾਏ ਪਹਿਲੇ 800 ਵਾਲੇ ਉਹ 44 ਪਣਾ ਤੁਹਾਨੂੰ 5 ਮੀਟਰ ਮਿਲੇਗਾ ਮਤਲਬ ਸੂਟ ਤੋਂ ਕੱਪੜਾ ਘੱਟ ਨਹੀਂ ਦੇਵਾਂਗਾ ਤੁਹਾਨੂੰ ਪੂਰਾ ਕੱਪੜਾ ਹੀ ਮਿਲੇਗਾ ਜੀ ਬਹੁਤ ਵਧੀਆ ਵੀਡੀਓ ਬਣ ਗਿਆ ਜਿਸ ਰੂਪ ਸਿੰਘ ਦਾ ਫਟਾਫਟ ਸਕਰੀਨਸ਼ੋਟ ਭੇਜੋ ਅਗਰ ਕੋਈ ਵਿਜ਼ਿਟ ਕਰਨਾ ਚਾਹਤਾ ਹਮਾਰਾ ਸ਼ੋਰੂਮ ਨੈਸ਼ਨਲ ਗਾਰਮੈਂਟਸ ਬੈਂਕ ਰੋਡ ਮੁਕਤਸਰ ਸਾਹਿਬ ਮੇਂ ਹੈ ਥੈਂਕ ਯੂ ਸੋ ਮਚ